ਅਕਾਲੀ ਦਲ ਦਾ ਸੰਕਲਪ ਹੈ ਕਿ ਦੇਸ਼ ਵਿੱਚ ਸੰਪੂਰਨ ਰੁਜ਼ਗਾਰੀ ਹੋਵੇ। ਆਰੰਭ ਕਰਨ ਲਈ ਅਕਾਲੀ ਦਲ ਇਹ ਮਹਿਸੂਸ ਕਰਦਾ ਹੈ ਕਿ ਇਹ ਸਰਕਾਰ ਦਾ ਫਰਜ਼ ਹੈ ਘੱਟੋ ਘੱਟ ਪੜ੍ਹੇ ਲਿਖੇ ਅਤੇ ਨਿਪੁੰਨ ਲੋਕਾਂ ਨੂੰ ਇੱਕਦਮ ਨੌਕਰੀਆਂ ਦੇਵੇ। ਅਕਾਲੀ ਦਲ ਸਰਕਾਰ ਦਾ, ਹਾਂ ਅਕਾਲੀ ਸਰਕਾਰ ਦਾ। ਅਤੇ ਉਹ ਸਿੱਖ ਯੂਨੀਵਰਸਿਟੀ ਜੇ ਹੁੰਦੀ, ਜੇ ਉਸ ਦੀ ਆਰਥਿਕਤਾ ਅਨੁਸਾਰ, 13-13 ਦੀ ਆਰਥਿਕਤਾ ਅਨੁਸਾਰ ਸਾਡੀ ਇਕਨੋਮੀ ਨੂੰ ਸੈੱਟ ਕਰ ਦਿੰਦੀ, ਅਤੇ ਅੱਜ ਪੰਜਾਬ ਦਾ ਨੌਜਵਾਨ ਕਿਉਂ ਬਾਹਰ ਜਾਂਦਾ। ਇਹਨੇ ਦਯਾਨੰਦ ਯੂਨੀਵਰਸਿਟੀ ਬਣਾ ਤੀ, ਗਿਆਨੀ ਦਿੱਤ ਸਿੰਘ ਨੇ ਜਿਹਨੂੰ ਹਰਾਇਆ ਸੰਵਾਦ ਵਿੱਚ ਤਿੰਨ ਵਾਰੀ, ਜਿਹੜਾ ਸਿੱਖਾਂ ਨੂੰ ਹਿੰਦੂ ਬਣਾਉਣ ਆਇਆ। ਇਹਦੀ ਐਜੂਕੇਸ਼ਨਲ ਪ੍ਰਣਾਲੀ ਜਿਹੜੀ ਹੈ, ਜਿਹੜੀ ਤੁਸੀਂ ਕਹਿੰਦੇ ਸੀ ਕਿ ਮੈਂ 5-6 ਚੀਜ਼ਾਂ ਪੜ੍ਹ ਕੇ ਦੱਸਾਂਗਾ ਜੀ, ਉਹ ਥੋੜ੍ਹੀ ਜਿਹੀ ਸਾਨੂੰ ਜਾਣਕਾਰੀ ਦਿਓ। ਵੀਰ ਜੀ, ਐਜੂਕੇਸ਼ਨਲ ਪ੍ਰਣਾਲੀ 'ਚ ਬੜੀ ਸਪਸ਼ਟ ਜਿਹੀਆਂ ਚਾਰ ਗੱਲਾਂ ਤਾਂ ਸਿੱਧੀਆਂ ਕੀਤੀਆਂ ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਨੇ ਇਸ ਅਨੰਦਪੁਰ ਸਾਹਿਬ ਮਤੇ 'ਚ। ਪਹਿਲੀ ਗੱਲ ਇਹ ਕਹੀ ਸੀ ਕਿ ਅਸੀਂ ਸਿੱਖ ਯੂਨੀਵਰਸਿਟੀ ਬਣਾਵਾਂਗੇ, ਠੀਕ ਹੈ ਜੀ। ਹੁਣ ਤੁਸੀਂ ਦੇਖੋ, ਪਿਛਲੇ 15 ਸਾਲਾਂ ਦਾ ਹੀ ਰਿਕਾਰਡ ਅਕਾਲੀ ਦਲ ਦਾ ਦੇਖ ਲਓ। ਇਹਨੇ ਦਯਾਨੰਦ ਯੂਨੀਵਰਸਿਟੀ ਬਣਾ ਤੀ, ਗਿਆਨੀ ਦਿੱਤ ਸਿੰਘ ਨੇ ਜਿਹਨੂੰ ਹਰਾਇਆ ਸੰਵਾਦ ਵਿੱਚ ਤਿੰਨ ਵਾਰੀ, ਜਿਹੜਾ ਸਿੱਖਾਂ ਨੂੰ ਹਿੰਦੂ ਬਣਾਉਣ ਆਇਆ। ਪਰ ਖਾਸ ਤੌਰ 'ਤੇ ਜਿਹੜਾ ਸਤਿਆਰਥ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਬੜਾ ਮਾੜਾ ਕਿਹਾ ਗਿਆ, ਖਾਸ ਤੌਰ 'ਤੇ ਜੱਟਵਾਦ ਵਿੱਚ ਜਿਹਨੇ ਬ੍ਰਾਹਮਣਵਾਦ ਭਰਿਆ, ਦਯਾਨੰਦ ਜੱਟਵਾਦ ਦੀ ਦੇਣ ਜੀ, ਠੀਕ ਆ ਨਾ ਜੀ। ਇਹ ਜਿੰਨੇ ਵਾਦ ਨੇ ਨਾ, ਇਹ ਸਾਰੇ ਇੱਕ ਨਵੇਂ ਧਰਮ ਦੀ ਦੇਣ ਹੁੰਦੇ ਜੀ, ਵਾਦ ਜੋ ਵੀ ਹੈ। ਪਰ ਇਹ ਬ੍ਰਾਹਮਣਵਾਦ ਦੀ ਥਿਓਰੀ 'ਤੇ ਚੱਲਦੇ ਨੇ, ਚਾਹੇ ਹੁਣ ਦੇਖ ਲਓ ਬੱਲਾਂਵਾਦ ਵੀ ਬਣ ਗਿਆ, ਜਿਹੜੇ ਜੇ ਉਹ ਕਹਿੰਦੇ ਨੇ ਅਸੀਂ ਜੱਟ ਹੁੰਦੇ ਹਾਂ, ਉਹ ਕਹਿੰਦੇ ਅਸੀਂ ਚਮਾਰ ਹੁੰਦੇ ਹਾਂ, ਵਾਦ ਚੱਲ ਪਿਆ ਨਾ। ਗਲਤ ਜਾਤੀ ਦੀ ਚੱਲ ਗਈ ਨਾ, ਜਾਤੀ ਦੋਵਾਂ ਨੇ ਛੱਡਣੀ ਸੀ। ਇਹ ਇਹ ਬ੍ਰਾਹਮਣਵਾਦ ਦੀ ਰੀਤਾਂ ਨੇ, ਇਹ ਗੁਲਾਮੀ ਦੀਆਂ ਪ੍ਰਤੀਕ ਨੇ ਆਪਣੇ ਆਪ ਵਿੱਚ ਹੀ। ਅਤੇ ਦਯਾਨੰਦ ਯੂਨੀਵਰਸਿਟੀ ਤਾਂ ਉਹਨਾਂ ਨੇ ਬਣਾ ਦਿੱਤੀ ਅਕਾਲੀ ਦਲ ਨੇ, ਜਿਹੜਾ ਅਨੰਦਪੁਰ ਸਾਹਿਬ ਮਤੇ 'ਚ ਪ੍ਰਣ ਕੀਤਾ ਸੀ ਅਸੀਂ ਸਿੱਖ ਯੂਨੀਵਰਸਿਟੀ ਬਣਾਵਾਂਗੇ, ਉਹਨਾਂ ਨੇ ਬਣਾਈ ਨਹੀਂ। ਲਵਲੀ ਯੂਨੀਵਰਸਿਟੀ ਤਾਂ ਬਣਾ ਤੀ ਜੀ, ਇੱਕ ਮਿਠਾਈ ਵੇਚਣ ਵਾਲੇ ਨੂੰ ਵੀ ਯੂਨੀਵਰਸਿਟੀ ਮਿਲ ਗਈ। ਅਤੇ ਇੱਕ ਕੌਮ ਜਿਹਨੇ ਭਾਰਤ ਦੀ ਆਜ਼ਾਦੀ 'ਚ ਵੀ ਹਮੇਸ਼ਾ ਵੱਧ ਯੋਗਦਾਨ ਪਾਇਆ, ਫੂਡ 'ਚ ਵੀ ਵੱਧ ਯੋਗਦਾਨ ਪਾਇਆ, ਪੰਜਾਬ ਜਿੰਦਾ ਹੀ ਜਿਹੜੀ ਕੌਮ ਦੀ ਆਪਣੀਆਂ ਕੁਰਬਾਨੀਆਂ 'ਤੇ ਹੈ ਜੀ, ਉਸ ਨੂੰ ਆਪਣੀ ਸਿਵਲ ਸੁਸਾਇਟੀ ਲਈ, ਆਪਣੇ ਨੌਜਵਾਨਾਂ ਲਈ ਆਪਣੀ ਇੱਕ ਸਿੱਖ ਯੂਨੀਵਰਸਿਟੀ ਵੀ ਨਹੀਂ ਮਿਲੀ, ਆਪਣੀ ਜੀਵਨ ਜਾਂਚ ਦੀ ਯੂਨੀਵਰਸਿਟੀ ਨਹੀਂ ਮਿਲੀ। ਇਹ ਸਭ ਤੋਂ ਵੱਡੀ ਹੈਗੀ ਹੈ। ਜੇ ਸਾਨੂੰ ਆਪਣੀ ਜੀਵਨ ਜਾਂਚ ਦੀ ਯੂਨੀਵਰਸਿਟੀ ਮਿਲ ਜਾਂਦੀ, ਜੇ ਸਾਨੂੰ ਸਿੱਖ ਯੂਨੀਵਰਸਿਟੀ ਮਿਲ ਜਾਂਦੀ, ਉਹ ਸਿੱਖ ਯੂਨੀਵਰਸਿਟੀ ਦਾ ਆਧਾਰ ਹੋਣਾ ਸੀ ਬਾਬੇ ਨਾਨਕ ਦੀ 10 ਨੂੰਹਾਂ ਦੀ ਕਿਰਤ। ਕਿਆ ਬਾਤ ਹੈ, 13-13 ਦੀ ਸੋਚ, ਜਿਹੜਾ ਅਕਾਲੀ ਦਲ ਨੇ ਆਪਣਾ ਸਿੰਬਲ ਬਣਾਇਆ ਹੋਇਆ, ਇਹਨੇ ਤਾਂ ਬਾਬੇ ਨਾਨਕ ਦੀ ਤਰੱਕੜੀ ਨੂੰ ਵੇਚ ਖਾਧਾ ਅਕਾਲੀ ਦਲ ਨੇ। ਉਹ 13-13 ਦਾ ਸਿੰਬਲ ਹੈ ਤਰੱਕੜੀ, ਠੀਕ ਆ ਨਾ ਜੀ। ਉਹ ਜੇ ਯੂਨੀਵਰਸਿਟੀ ਹੁੰਦੀ ਫਿਰ ਕੋਈ ਸਮਝਾਉਂਦਾ ਨਾ ਵੀ ਉਹ ਕਾਹਦਾ ਸਿੰਬਲ ਆ ਜੀ। ਜੇ 20 ਰੁਪਏ ਦਾ ਲੰਗਰ ਬਾਬੇ ਨਾਨਕ ਦਾ ਅੱਜ ਵੀ ਸਾਰੀ ਦੁਨੀਆ 'ਚ ਲੱਗਦਾ ਪਿਆ, ਅਤੇ ਉਹ ਸਿੱਖ ਯੂਨੀਵਰਸਿਟੀ ਜੇ ਹੁੰਦੀ, ਜੇ ਉਸ ਦੀ ਆਰਥਿਕਤਾ ਅਨੁਸਾਰ, 13-13 ਦੀ ਆਰਥਿਕਤਾ ਅਨੁਸਾਰ ਸਾਡੀ ਇਕਨੋਮੀ ਨੂੰ ਸੈੱਟ ਕਰ ਦਿੰਦੀ, ਅਤੇ ਅੱਜ ਪੰਜਾਬ ਦਾ ਨੌਜਵਾਨ ਕਿਉਂ ਬਾਹਰ ਜਾਂਦਾ। ਜੇ ਸਿੱਖ ਯੂਨੀਵਰਸਿਟੀ ਹੁੰਦੀ ਉਹ ਤੈਅ ਕਰਦੀ ਕਿ ਪੰਜਾਬ ਦੇ ਪਿੰਡਾਂ ਦਾ, ਪੰਜਾਬ ਦੇ ਘਰਾਂ ਦਾ ਜੀ, ਪੰਜਾਬ ਦੇ ਪਰਿਵਾਰ ਦਾ ਆਰਥਿਕ ਵਿਕਾਸ ਇੰਝ ਕਰਨਾ, ਮੈਂ ਤਾਂ ਇੱਥੋਂ ਤੱਕ ਆਉਂਦਾ। ਇਹ ਯੂਨੀਵਰਸਿਟੀਆਂ ਦੇ ਕੰਮ ਨੇ ਕਿ ਪਰਿਵਾਰ ਦੀ ਆਰਥਿਕਤਾ ਤੱਕ ਨੂੰ ਸੋਚਣਾ ਜੀ। ਸਰਕਾਰਾਂ ਘੱਟ ਸੋਚਦੀਆਂ ਜੀ, ਸਰਕਾਰਾਂ ਵੋਟ ਦੀ ਆਰਥਿਕਤਾ ਸੋਚਦੀਆਂ, ਇਹ ਯੂਨੀਵਰਸਿਟੀਆਂ ਦਾ ਕੰਮ ਹੁੰਦਾ। ਅਤੇ ਸਾਨੂੰ ਉਹਨੇ ਸਾਡੀ ਗੁਰੂ ਨਾਨਕ ਦੀ ਇੱਕ ਯੂਨੀਵਰਸਿਟੀ ਹੀ ਨਹੀਂ ਦਿੱਤੀ, ਗੁਰੂ ਨਾਨਕ ਦੇ ਥਾਟ ਦੀ ਯੂਨੀਵਰਸਿਟੀ ਹੀ ਨਹੀਂ ਦਿੱਤੀ, ਸਾਰੀਆਂ ਬਣ ਗਈਆਂ ਜੀ ਜੀ। ਇਹ ਪਹਿਲੀ ਸਭ ਤੋਂ ਵੱਡੀ ਗੱਦਾਰੀ। ਦੂਸਰੀ, ਅਨੰਦਪੁਰ ਸਾਹਿਬ ਦੇ ਮਤੇ 'ਚ ਅਕਾਲੀ ਦਲ ਪ੍ਰਣ ਕਰਦਾ ਕਿ ਮੈਂ ਸਾਰੇ ਪੜ੍ਹੇ ਲਿਖੇ ਨੌਜਵਾਨਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਾਂਗਾ, ਗਰੰਟੀ ਦਿੰਦਾ ਜੀ। ਪਰ ਨਾਲ ਗਰੰਟੀ ਇਹ ਦਿੰਦਾ ਕਿ ਜੇ ਮੈਂ ਨਹੀਂ ਦੇ ਸਕਾਂਗਾ ਤਾਂ ਮੈਂ ਉਹਨਾਂ ਨੂੰ ਫਿਰ ਬੇਰੁਜ਼ਗਾਰੀ ਪੱਤਾ ਵੀ ਦਾਂਗਾ। ਨਿਯਤ ਕੀਤਾ ਗਿਆ ਬੇਰੁਜ਼ਗਾਰੀ ਪੱਤਾ, ਉਦੋਂ ਦਾ ਲਿਖੇ ਵੈਲਿਊ ਲਿਖੀ ਹੈ ਜੀ, ਇੱਕ ਇੱਕ ਦੀ ਵੈਲਿਊ ਲਿਖੀ ਹੈ ਕਿ ਇਹਨੂੰ ਇੰਨਾ ਇਹਨੂੰ। ਮੈਂ ਉਸ ਵੇਲੇ ਦੀ ਵੈਲਿਊ ਜੇ ਤੁਹਾਨੂੰ ਮੈਂ ਸੁਣਾਵਾਂ ਤਾਂ ਥੋੜ੍ਹਾ ਤੁਸੀਂ ਵੀ ਹੈਰਾਨ ਹੋਵੋਗੇ ਜੀ, ਉਦੋਂ ਰੁਪਏ ਦੀ ਕੀਮਤ ਇੰਨੀ ਘੱਟ ਸੀ, ਵੱਧ ਸੀ, ਜਿਹੜੀ ਹੁਣ ਇੰਨੀ ਘੱਟ ਹੋ ਗਈ ਹੈ।
ਤੁਸੀਂ ਅੰਦਾਜ਼ਾ ਲਾਇਆ ਜੇ ਤਾਂ ਜਦੋਂ ਅਨੰਦਪੁਰ ਸਾਹਿਬ ਦਾ ਮਤਾ ਲਿਖਿਆ ਗਿਆ ਜੀ, ਮੇਰਾ ਖਿਆਲ ਹੈ 14 ਪੈਟਰੋਲ 2.5 ਰੁਪਏ 2.65 ਰੁਪਏ ਲੀਟਰ ਸੀ। ਠੀਕ ਆ ਜੀ, ਹੁਣ ਤੁਸੀਂ ਦੇਖੋ ਕਿ ਲਿਖਦੇ ਨੇ ਮੈਟ੍ਰੀਕੁਲੇਟ ਅਤੇ ਨਿਪੁੰਨ ਕਾਰੀਗਰ ਨੂੰ, ਬੇਰੁਜ਼ਗਾਰੀ ਭੱਤੇ ਦੀ ਗੱਲ ਹੋ ਰਹੀ ਜੀ, ਠੀਕ ਆ ਜੀ, ₹50 ਫੀ ਮਹੀਨਾ ਦਿੱਤਾ ਜਾ। ਅੱਛਾ ਜੀ, ਠੀਕ ਆ ਜੀ, BA ਪਾਸ ਨੂੰ 75 ਰੁਪਈਏ, MA ਪਾਸ ਨੂੰ 100 ਰੁਪਈਏ, ਇੰਜੀਨੀਅਰ ਅਤੇ ਡਾਕਟਰ ਨੂੰ 150 ਰੁਪਈਏ, ਹੋਰ ਨਿਪੁੰਨ ਕਾਰੀਗਰਾਂ ਨੂੰ 50 ਰੁਪਈਏ। ਇੱਥੋਂ ਤੱਕ ਗੱਲ ਕੀਤੀ ਗਈ ਸੀ ਜੀ ਅਨੰਦਪੁਰ ਸਾਹਿਬ, ਜਿਵੇਂ ਫੋਰਮ ਦੇ ਵਿੱਚ ਹੁੰਦਾ ਆ ਵੀ ਜੇ ਮੰਨ ਲਓ ਬਰਸਾਤ ਹੋ ਗਈ ਜਾਂ ਕਿਸੇ ਤਰੀਕੇ ਕੰਮ ਨਹੀਂ ਚੱਲਦਾ ਤਾਂ ਬਕਾਇਦਾ ਉਹਨੂੰ ਦਿੱਤੇ ਜਾਂਦੇ ਆ, ਪੱਤੇ ਮਿਲਣਗੇ, ਪੱਤੇ ਮਿਲਦੇ ਆ। ਪਰ ਜੇ ਸਰਕਾਰ ਉਹਨੂੰ ਨੌਕਰੀ ਨਹੀਂ ਦੇ ਸਕੀ ਜਾਂ ਉਹਨੂੰ ਰੋਜ਼ਗਾਰ, ਬੇਰੋਜ਼ਗਾਰੀ ਉਹਦੀ ਦੂਰ ਨਹੀਂ ਕਰਾ ਸਕੀ, ਜੇ ਪੇਂਡੂ ਇਹ ਲੈਵਲ ਦਾ ਵਿਕਾਸ ਜਿਹੜਾ ਇੰਨਾ ਪ੍ਰਣ ਕੀਤਾ ਨਹੀਂ ਦੇ ਸਕੀ। ਮੈਂ ਆਪਣੇ ਦਰਸ਼ਕਾਂ ਨੂੰ ਵੀ ਦਿਖਾਉਣੀ ਚਾਹੁੰਦਾ ਹਾਂ, ਦਰਸ਼ਕੋ ਮੈਂ ਇਹ ਪੂਰੀ ਚੀਜ਼ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ ਤਾਂ ਕਿ ਕੋਈ ਭਰਮ ਭੁਲੇਖਾ ਰਹਿ ਨਾ ਜਾਵੇ। ਬੜਾ ਇੱਕ ਵਾਰੀ ਫਿਰ ਸੁਣ ਲਵੋ, ਗੱਲ ਕੀਤੀ ਹੈ ਬੇਰੁਜ਼ਗਾਰੀ, ਅਕਾਲੀ ਦਲ ਦਾ ਸੰਕਲਪ ਹੈ। ਦੇਖੋ ਅਕਾਲੀ ਦਲ ਵਰਡ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜੋ ਇਹਦੇ ਵਿੱਚ ਕਿਤਾਬ ਵਿੱਚ ਲਿਖਿਆ ਹੋਇਆ ਅਤੇ ਮਤਾ ਸ੍ਰੀ ਅਨੰਦਪੁਰ ਸਾਹਿਬ ਦੀ ਬਕਾਇਦਾ ਕਾਪੀ ਦਿੱਤੀ ਗਈ ਹੈ, ਉਸੇ ਤਰੀਕੇ ਨਾਲ ਤੁਹਾਨੂੰ ਫੋਟੋ ਕਾਪੀ, ਇਹ ਬਕਾਇਦਾ ਫੋਟੋ ਕਾਪੀ ਹੈ। ਅਕਾਲੀ ਦਲ ਦਾ ਸੰਕਲਪ ਹੈ ਕਿ ਦੇਸ਼ ਵਿੱਚ ਸੰਪੂਰਨ ਰੋਜ਼ਗਾਰੀ ਹੋਵੇ, ਵੀ ਹਰ ਬੰਦਾ ਰੋ ਵੀਰ ਜੀ ਇੱਕ ਹੋਰ ਸਾਨੂੰ ਜਾਣਕਾਰੀ ਦਿਓ ਕਿਉਂਕਿ ਆਪਾਂ ਇਸੇ ਦਾ ਖੁਲਾਸਾ ਥੋੜ੍ਹਾ ਜਿਹਾ ਕਰ ਲਈਏ। ਮੇਰੇ ਖਿਆਲ ਦੇ ਵਿੱਚ ਜਿਹੜਾ ਬੰਦਾ ਰੁਜ਼ਗਾਰ ਹੋਵੇਗਾ, ਜਿਸ ਦੇਸ਼ ਦੇ ਵਿੱਚ ਹਰ ਕਿਸੇ ਕੋਲ ਰੁਜ਼ਗਾਰ ਹੋਵੇਗਾ, ਉੱਥੇ ਕ੍ਰਾਈਮ ਵੀ ਘੱਟ ਹੋਏਗਾ। ਉੱਥੇ ਨਾ ਤਾਂ ਦੇਖੋ ਜੀ ਕ੍ਰਾਈਮ ਹੋਏਗਾ, ਨਾ ਅੱਤਵਾਦ ਹੋਏਗਾ, ਨਾ ਵੱਖਵਾਦ ਹੋਏਗਾ, ਨਾ ਧੀਆਂ ਭੈਣਾਂ ਦੀ ਪੱਤ ਲੁੱਟੀ ਜਾਏਗੀ, ਨਾ ਪਰਿਵਾਰਾਂ ਵਿੱਚ ਝਗੜਾ ਹੋਏਗਾ, ਨਾ ਪਰਿਵਾਰ ਵੰਡੇ ਜਾਣਗੇ, ਕਿਉਂਕਿ ਜਦ ਸਭ ਕੋਲ ਸਾਰਿਆਂ ਕੋਲ ਆਪੋ ਆਪਣਾ ਰੁਜ਼ਗਾਰ ਹੋਏਗਾ, ਅਤੇ ਜਦੋਂ ਰੁਜ਼ਗਾਰ ਆਪੋ ਆਪਣਾ ਹੋਏਗਾ ਪਰ ਉਹ ਰੁੱਝਿਆ ਹੋਏਗਾ, ਉਹਨੂੰ ਇਹ ਫਾਲਤੂ ਦੇ ਕੰਮਾਂ ਲਈ ਵਿਹਲ ਹੀ ਕਿੱਥੇ ਹੋਏਗਾ ਜੀ। ਹੁਣ ਦੇਖੋ ਫੋਰਨ ਵਿੱਚ ਵਿਹਲ ਹੈਗਾ, ਫੋਰਨ ਵਿੱਚ ਵੀ ਜੇ ਕਿਤੇ ਕ੍ਰਾਈਮ ਹੁੰਦਾ ਤਾਂ ਹਮੇਸ਼ਾ ਉਹ ਬੰਦਾ ਕਰਦਾ ਜਿਹੜਾ ਬੇਰੁਜ਼ਗਾਰ ਹੈ। ਠੀਕ ਹੈ, ਅਤੇ ਅਸੀਂ ਜੇ ਸੰਪੂਰਨ ਰੁਜ਼ਗਾਰ ਪੰਜਾਬ ਵਿੱਚ ਪੈਦਾ ਕਰ ਦਿੰਦੇ ਹਾਂ ਤਾਂ ਹੀ ਮੈਂ ਕਹਿੰਦਾ ਅਸੀਂ ਬਾਹਰ ਕਿਉਂ ਜਾਏਗਾ ਸਾਡਾ ਨੌਜਵਾਨ, ਉੱਥੇ ਸਗੋਂ ਜਿਹੜੇ ਬਾਹਰ ਗਏ ਹੋਏ ਨੇ ਉਹ ਭੱਜ ਕੇ ਵਾਪਸ ਆਉਣਗੇ, ਪੈਸਾ ਇੱਥੇ ਇਨਵੈਸਟ ਕਰਨਗੇ, ਉਹ ਉੱਥੋਂ ਪੈਸਾ ਲਿਆ ਕੇ ਫੋਰਨ ਮਨੀ ਇੱਥੇ ਇਨਵੈਸਟ ਕਰਨਗੇ ਕਿ ਵੀ ਮੇਰਾ ਤਾਂ ਪੰਜਾਬ ਫਿਰ ਸੋਨੇ ਦੀ ਚਿੜੀ ਬਣ ਗਿਆ। ਅਕਾਲੀ ਦਲ ਦਾ ਸੰਕਲਪ ਹੈ ਕਿ ਦੇਸ਼ ਵਿੱਚ ਸੰਪੂਰਨ ਰੋਜ਼ਗਾਰੀ ਹੋਵੇ, ਕਹਿਣ ਤੋਂ ਭਾਵ ਹਰ ਕਿਸੇ ਨੂੰ ਰੁਜ਼ਗਾਰ ਹੋਵੇ। ਤੇ ਦਰਸ਼ਕੋ ਮੈਂ ਇੱਕ ਛੋਟੀ ਜਿਹੀ ਗੱਲ ਅਕਸਰ ਕਹਿੰਦਾ ਹੁੰਦਾ, ਅੱਜ ਵੀ ਕਹਿਣੀ ਬੜੀ ਜ਼ਰੂਰੀ ਸਮਝਦਾ ਵਾਂ, ਮੇਰਾ ਮਨ ਕਹਿੰਦਾ ਕਿ ਜੇ ਕਿਤੇ ਇੱਕ ਵਾਰੀ ਫਿਰ ਸੁਣ ਲਵੋ, ਜੇ ਕਿਤੇ ਹਰ ਪੜ੍ਹਦੀ ਬੱਚੀ ਨੂੰ ਰੁਜ਼ਗਾਰ ਮਿਲ ਜਾਵੇ, ਲੱਤ ਮਾਰਦੀ ਜੀ ਤੁਹਾਡੀ ਸ਼ਗਨ ਸਕੀਮਾਂ ਨੂੰ, ਉਹ ਕਿਉਂ ਲੱਭੇਗੀ ਤੁਹਾਡੀਆਂ ਸ਼ਗਨ ਸਕੀਮਾਂ, ਕਿਉਂ ਬੇਇੱਜ਼ਤ ਹੋਵੇਗੀ, ਉਹ ਕਹੇਗੀ ਮੈਨੂੰ ਰੁਜ਼ਗਾਰ ਦੇ ਦਿਓ, ਮੈਨੂੰ ਐਜੂਕੇਸ਼ਨ ਦੇ ਦਿਓ, ਮੈਂ ਤੁਹਾਡੀ ਸ਼ਗਨ ਸਕੀਮਾਂ ਨਹੀਂ ਲੈਂਦੀ। ਅਤੇ ਅੱਜ ਦੇ ਇਤਰਾਜ਼ ਨਾ ਕਰਨਾ, ਮੈਨੂੰ ਕੁਛ ਗੱਲਾਂ ਕਹਿਣ ਦਿਓ, ਭਿਖਾਰੀ ਬਣਾ ਛੱਡਿਆ ਭਿਖਾਰੀ, 2 ਰੁਪਈਏ ਕਿਲੋ ਆਟਾ, 4 ਰੁਪਈਏ ਕਿਲੋ ਦਾਲ, 20 ਰੁਪਈਏ ਕਿਲੋ ਆਹ ਫਲਾਣਾ ਆਹ ਕੀ ਹੈ, ਨਹੀਂ ਇੰਝ ਨਹੀਂ ਚਾਹੀਦਾ, ਅਸੀਂ ਆਪਣੇ ਆਪ ਖਰੀਦ ਲਵਾਂਗੇ, ਕਿਰਪਾ ਕਰਕੇ ਸਾਨੂੰ ਸਾਡਾ ਰੁਜ਼ਗਾਰ ਦਿੱਤਾ ਜਾਵੇ, ਦਾਲਾਂ ਵੀ ਖਰੀਦਾਂਗੇ, ਪੈਟਰੋਲ ਵੀ ਪਵਾਵਾਂਗੇ, ਬਿਜਲੀ ਦੇ ਬਿੱਲ ਵੀ ਤਾਰਾਂਗੇ, ਪਰ ਬਕਾਇਦਾ ਸਾਨੂੰ ਉਹ ਸਾਰੀਆਂ ਚੀਜ਼ਾਂ ਦੇ ਲਈ ਇੱਕ ਵਧੀਆ ਰੁਜ਼ਗਾਰ ਦਿੱਤਾ ਜਾਵੇ। ਅਤੇ ਜਿਸ ਦੇਸ਼ ਦੇ ਵਿੱਚ ਰੁਜ਼ਗਾਰ ਹੋਵੇਗਾ ਉੱਥੇ ਕ੍ਰਾਈਮ ਨਹੀਂ ਹੋਵੇਗਾ, ਕਿਉਂਕਿ ਵਿਹਲੇ ਬੰਦਿਆਂ ਦਾ ਕੰਮ ਹੁੰਦਾ ਹੈ, ਨਸ਼ਈ ਬੰਦਿਆਂ ਦਾ ਕੰਮ ਹੁੰਦਾ, ਜਿੱਥੇ ਹਰ ਬੰਦਾ ਸਵੇਰ ਤੋਂ ਸ਼ਾਮ ਤੱਕ ਆਪਣੇ ਕੰਮ ਦੇ ਵਿੱਚ ਮਗਨ ਹੋਵੇ, ਉੱਥੇ ਇਸ ਤਰ੍ਹਾਂ ਦਾ ਕੰਮ ਕਦੀ ਨਹੀਂ ਹੋਣਾ। ਬੇਰੁਜ਼ਗਾਰੀ, ਅਕਾਲੀ ਦਲ ਦਾ ਸੰਕਲਪ ਹੈ ਕਿ ਦੇਸ਼ ਵਿੱਚ ਸੰਪੂਰਨ ਰੁਜ਼ਗਾਰੀ ਹੋਵੇ, ਆਰੰਭ ਕਰਨ ਲਈ ਅਕਾਲੀ ਦਲ ਇਹ ਮਹਿਸੂਸ ਕਰਦਾ ਹੈ ਕਿ ਇਹ ਸਰਕਾਰ ਦਾ ਫਰਜ਼ ਹੈ, ਘੱਟੋ ਘੱਟ ਪੜ੍ਹੇ ਲਿਖੇ ਅਤੇ ਨਿਪੁੰਨ ਲੋਕਾਂ ਨੂੰ ਇੱਕਦਮ ਨੌਕਰੀਆਂ ਦੇਵੇ। ਅਕਾਲੀ ਦਲ ਸਰਕਾਰ ਦਾ, ਹਾਂ ਅਕਾਲੀ ਸਰਕਾਰ ਦਾ ਜੀ ਜੀ, 15 ਸਾਲ ਰਹੇ ਨੇ ਅਤੇ ਇਹਨਾਂ ਨੇ ਤਾਂ ਪੰਜਾਬ ਦੀਆਂ ਨੌਕਰੀਆਂ ਹੀ ਬੰਦ ਕਰਤੀਆਂ,